É um lugar antigo. ਲੋ ਜੀ ਚੂਈ ਸ਼ਹਿਦ ਚਕੋੜੀ ਵਾਲੇ ਦੇ ਕਬੂਤਰ ਦੇ ਜੀ ਮਾਸ਼ਾਅੱਲਾ ਇਹਨਾਂ ਦੀ ਅੱਛੀ ਕਾਰਕਰਦਗੀ ਹੈ। ਤਕਰੀਬਨ 100-100 ਘੰਟਾ ਸਵਾ ਘੰਟਾ ਇਹਨਾਂ ਚੜ੍ਹਿਆ ਮੁਹਾਲਫਾਂ 'ਤੇ ਠੀਕ ਉੱਡ ਰਹੇ ਨੇ। ਅੱਜ ਵੀ ਅੱਛੀ ਪ੍ਰਵਾਸ ਦੇ ਕੇ ਆਏ ਨੇ, ਵੇਖੋ ਮਾਸ਼ਾਅੱਲਾ ਫਰੈਸ਼ ਹੋ ਗਏ ਨੇ ਕਬੂਤਰ। ਹੁਣ ਪਾਣੀ ਦਾ ਟਾਈਮ ਹੈ, ਖੁਰਾਕ ਖਾ ਰਹੇ ਨੇ। ਅੱਗੂ ਅਸੀਂ ਹੋਰ ਮੰਗਦੇ ਪਏ ਨੇ ਖੁਰਾਕ, ਹੈ ਜੀ ਠੀਕ ਨੇ, ਬੜੀ ਹੋ ਗਈ ਫਿੱਟ ਹੋ ਗਏ ਨੇ। ਕਿਉਂ ਉਸਤਾਦ ਜੀ, ਜੇ ਫਿੱਟ ਤੇ ਹੋਣ ਨਾ ਫਿਰ ਉਸਤਾਦ ਆਏ ਹੁਣ ਕਿਉਂ ਸ਼ਾਹ ਜੀ ਤੂੰ ਤੇ ਫਿੱਟ ਹੀ ਕੀਤੇ ਸਨ ਉਹ ਦਿਹਾੜਾ ਸ਼ਰੀਫ ਕਹਿੰਦਾ ਸੀ ਉਸਤਾਦ ਯਾਸਰ ਤੂੰ ਥੱਲੇ ਕਬੂਤਰ ਕੋ ਫਿੱਟ ਕਰ ਸਕਦਾ। ਅਸੀਂ ਤੇ ਪਹਿਲੇ ਦਿਹਾੜੇ ਅਸੀਂ ਤੇ ਜਿਸ ਦਿਹਾੜਾ ਚੀਨਾ ਕੀਤਾ ਉਹ ਦਿਹਾੜੇ ਆਖਿਆ ਸੀ ਜੀ ਸ਼ਾਹ ਜੀ। ਹੁਣ ਦੋ ਤਿੰਨ ਕਬੂਤਰ ਕਿੰਨੇ ਡੋਨ ਸਨ ਮਾਸ਼ਾਅੱਲਾ, ਵੇਖੋ ਕਿੰਨਾ ਡੋਨ ਸੀ। ਇਹ ਕਹਿੰਦਾ ਮੈਨੂੰ ਦਿਓ ਖਾਣ ਨੂੰ ਜੀ। ਇਹ ਉਸਤਾਦ ਜੀ ਸੱਚੀ ਵੱਡੀ ਖੂਬੀ, ਯਕੀਨ ਕਰੋ ਅੱਗੇ ਵੀ ਜਿੱਥੇ ਵੀ ਕਿਤੇ ਬੈਠੇ ਨਾ ਇਸ ਚੀਜ਼ ਦਾ ਤੁਹਾਡੀ ਤਾਰੀਫ ਕੀਤਾ। ਤੇ ਕਬੂਤਰ ਫਰੈਸ਼ ਹੋ ਜਾਣਾ, ਉਹਨੇ ਉੱਡ ਵੀ ਜਾਣਾ ਅੱਗੋਂ ਇਨਸ਼ਾਅੱਲਾ ਜੀ। ਫਰੈਸ਼ ਹੋ ਜਾਏ ਕਬੂਤਰ ਆਪ ਉੱਡ ਜਾਂਦੇ ਪਰਸੋਂ ਇਨਸ਼ਾਅੱਲਾ ਫੇਰ ਉੱਡਣਗੇ। ਘੰਟੇ ਵਿੱਚ ਫਰੈਸ਼ ਹੋਏ ਤੇ ਅੱਜ ਤੇ ਫਿਰ ਕੱਲ ਦੀ ਦਿਹਾੜੀ ਹੈ। ਵੇਖੋ ਨਾ ਜੁੜ ਕੇ ਆਏ ਨੇ ਤੇ ਫਰੈਸ਼ ਨੇ, ਹੈ ਜੀ ਬਿਲਕੁਲ। ਕੱਲ ਇਹਨਾਂ ਫਰੈਸ਼ ਹੋਰ ਹੋਣਾ ਤੇ ਪਰਸੋਂ ਇਹਨਾਂ ਠੀਕ ਉੱਡਣਾ, ਅੱਲਾ ਦੇ ਹੁਕਮ ਨਾਲ। ਇਹ ਬਹੁਤਾ ਪਿਆਰਾ ਕਬੂਤਰ ਜੀ ਨੂੰ ਜ਼ਿਆਦਾ ਖਵਾਈ ਜਾ ਰਿਹਾ। ਮੇਰਾ ਦਿਲ ਜੀ ਇਹਨਾਂ ਨੂੰ ਕਿਉਂ ਨਹੀਂ ਫਿੱਟਾਂ ਦਿੰਦੇ ਨਹੀਂ ਦੀ ਇੱਕ ਸ਼ੁਰੂ ਹੋ ਗਿਆ। ਚਸ ਬਣਾਏ ਕਬੂਤਰ ਹਲਕਾ ਹੋ ਕੇ ਪਤਾ ਲੱਗਦਾ ਕਬੂਤਰ ਨੇ ਖਾਧਾ ਸੀ।